कदी प्यार ते कदी तकरार, कदी हसना ते कदी मनाना, इदां दा ही हुंदा पति पत्नी दा खट्टा मिठा जिहा रिश्ता। सो पति पत्नी दे रिश्ते नूं लै के एक बारी फिर तो हाजिर हां असीं टीवी NRI दे उत्ते, ते आओ देखदे हां अज संजीदगी दे विच किहड़ा परिवार साडे नाल जुड़िया है। हसदे हसदे इस जिंदगी दा हर रंग नाल लै जावांगे, सारे रिश्तियां नूं हौली हौली नभाउंदे संग लै जावांगे। चलदी रही तू नाल मेरे, लड़दे लड़ाउंदे रुसदे हसाउंदे मनाउंदे हसदे हसाउंदे हर याद नूं नाल लै जावांगे। ਅਸੀਂ ਜਿਹੜੀ ਫੈਮਿਲੀ ਨਾਲ ਤੁਹਾਨੂੰ ਮਿਲਵਾਣ ਲੈ ਕੇ ਆਇਆ ਉਹ ਇੱਕ ਬੜਾ ਹੀ ਕਿਊਟ ਜਿਹਾ ਕਪਲ, ਪ੍ਰਭਜੋ ਤੇ ਰਮਨਦੀਪ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ। ਸਭ ਤੋਂ ਪਹਿਲੇ ਤੇ ਸਵਾਗਤ ਹੈ ਤੁਹਾਡਾ ਸਾਡੇ ਸ਼ੋਅ ਸੰਜੀਦਗੀ ਵਿੱਚ। ਕਿੱਦਾਂ ਦਾ ਲੱਗ ਰਿਹਾ ਇਸ ਸ਼ੋਅ ਦਾ ਪਾਰਟ ਬਣ ਕੇ? ਬਹੁਤ ਬਹੁਤ ਚੰਗਾ ਲੱਗ ਰਿਹਾ ਸੀ, ਪ੍ਰੋਮੋ ਵੀ ਦੇਖਿਆ ਦੋਨਾਂ ਜਣਿਆਂ ਨੇ। ਹਾਂਜੀ, ਜਿਵੇਂ ਰਿਸ਼ਤਿਆਂ ਦੀ ਪਰਿਭਾਸ਼ਾ ਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ। ਹਾਂਜੀ, ਤੇ ਮੇਰੇ ਖਿਆਲ ਨਾਲ ਬਹੁਤ ਅੱਛਾ ਇੱਕ ਟੌਪਿਕ ਹੈ ਜਿਹੜਾ ਆਪਣੇ ਕਲਚਰ ਦੇ ਵਿੱਚ ਇੱਕ ਦੁਬਾਰਾ ਉਹਦੇ ਤੇ ਡਿਸਕਸ਼ਨ ਜ਼ਰੂਰੀ ਆ, ਕਿਉਂਕਿ ਬੱਚੇ ਰਿਸ਼ਤਿਆਂ ਨੂੰ ਭੁੱਲਦੇ ਜਾ ਰਹੇ ਨੇ। ਹੁਣ ਤੱਕ ਇਹ ਸੀਗਾ ਕਿ ਸਾਨੂੰ ਬਹੁਤ ਅੱਗੇ ਤੱਕ ਰਿਸ਼ਤਿਆਂ ਬਾਰੇ ਪਤਾ ਹੁੰਦਾ ਸੀ, ਪਰ ਹੁਣ ਤੱਕ ਸਿਰਫ ਮਾਮਾ ਵੀ, ਹਾਂ ਮਾਮੇ ਵੀ ਹੌਲੀ ਹੌਲੀ ਭੁੱਲਦੇ ਜਾ ਰਹੇ ਨੇ ਮੈਨੂੰ ਲੱਗਦਾ। ਪਰ ਇਹ ਕਿ ਵੀ ਆਪਾਂ ਨੂੰ ਇਹ ਚੀਜ਼ਾਂ ਜੇ ਦੁਬਾਰੇ ਡਿਸਕਸ਼ਨ ਹੋਵੇ ਇਹਨਾਂ ਟੌਪਿਕਸ ਦੇ ਉੱਪਰ ਤਾਂ ਬਹੁਤ ਜ਼ਰੂਰੀ ਆ, ਬੱਚੇ ਦੇਖਣਗੇ। ਹਾਂਜੀ, ਬਹੁਤ ਕੁਝ ਪਤਾ ਲੱਗੇਗਾ। ਅੱਛਾ, ਤੇ ਕੈਨੇਡਾ ਆਇਆ ਨੂੰ ਕਿੰਨਾ ਟਾਈਮ ਹੋ ਗਿਆ? ਅਸੀਂ ਹਾਂ ਆਲਮੋਸਟ 2 ਸਾਲ ਹੋ ਜਾਣਗੇ ਅਕਤੂਬਰ ਦੇ ਵਿੱਚ। 2019 ਦੇ ਵਿੱਚ ਆਏ ਸੀ ਅਸੀਂ ਅਕਤੂਬਰ ਦੇ ਵਿੱਚ। ਓਕੇ, ਤੇ ਉਹ ਕਿਹੜੀ ਚੀਜ਼ ਸੀ ਜਿਹੜੀ ਤੁਹਾਨੂੰ ਇੰਡੀਆ ਤੋਂ ਕੈਨੇਡਾ ਖਿੱਚ ਲਈ? ਬਹੁਤ ਚੀਜ਼ਾਂ ਸੀਗੀਆਂ ਜੀ। ਅੱਛਾ, ਸਭ ਤੋਂ ਪਹਿਲਾਂ ਤਾਂ ਜਿਹੜਾ ਸੀਗਾ ਕਿ ਸਾਡਾ ਪਰਿਵਾਰ ਇੱਥੇ ਸੀਗਾ। ਓਕੇ, ਮੇਰਾ ਛੋਟਾ ਭਾਈ ਇੱਥੇ ਸੀਗਾ ਤੇ ਮਾਮਾ ਜੀ ਇੱਥੇ ਸੀਗੇ ਤੇ ਇੱਕ ਮਾਮਾ ਜੀ ਉੱਥੇ ਵੀ ਨੇ ਤੇ ਇੱਕ ਮਾਮਾ ਜੀ ਇੱਥੇ ਨੇ ਤੇ ਸੀਗਾ ਕਿ ਵੀ ਹਾਂ ਚਲੋ ਇੱਕ ਪਰਿਵਾਰ ਇੱਥੇ ਇਕੱਠਾ ਹੋ ਜਾਏਗਾ। ਫਿਰ ਕਿਹਾ ਗਿਆ ਕਿ ਚਲੋ ਇਹ ਵਾਲੇ ਮਾਮਾ ਜੀ ਕੋਲ ਜਾਇਆ ਜਾਏ। ਹੁਣ ਮੇਰੇ ਦੂਜੇ ਮਾਮੇ ਨੇ ਕਿਸੇ ਹੋਰ ਲੈਣਾ ਨਹੀਂ। ਹਾਂਜੀ, ਅੱਛਾ, ਤੇ ਜਦੋਂ ਤੁਸੀਂ ਕੈਨੇਡਾ ਆਉਣ ਦਾ ਡਿਸੀਜਨ ਲਿਆ, ਕਿਹਦਾ ਡਿਸੀਜਨ ਸੀ? ਸਭ ਤੋਂ ਪਹਿਲੇ ਕਿਹਦੇ ਦਿਮਾਗ 'ਚ ਇਹ ਚੀਜ਼ ਆਈ ਕਿ ਮੂਵ ਹੋਇਆ ਜਾਏ ਕੈਨੇਡਾ? ਸੌਖਾ ਸੀ ਕੈਨੇਡਾ ਲਈ ਕਿ ਥੋੜਾ ਟਾਈਮ ਲੱਗਿਆ? ਟਾਈਮ ਲੱਗਿਆ ਜੀ, ਟਾਈਮ ਲੱਗਿਆ। ਸਭ ਤੋਂ ਵੱਡਾ ਫੈਕਟਰ ਰਿਹਾ ਮੇਰੀ ਬੇਟੀ। ਤੁਹਾਨੂੰ ਪਤਾ ਇੰਡੀਆ ਦੇ ਵਿੱਚ ਥੋੜ੍ਹਾ ਜਿਹਾ ਇਸ ਚੀਜ਼ ਦੇ ਉੱਪਰ ਹਰੇਕ ਨੂੰ ਉਹ ਰਹਿੰਦਾ ਕਿ ਬੱਚਿਆਂ ਨੂੰ ਕਿਵੇਂ ਅਸੀਂ ਅੱਗੇ ਪਾਲਣਾ ਆ, ਕੀ ਫਿਊਚਰ ਆ ਉਹਨਾਂ ਦਾ। ਹਾਂਜੀ, ਤੇ ਉਹ ਸਾਨੂੰ ਉਹ ਚੀਜ਼ ਇੱਥੇ ਕੈਨੇਡਾ 'ਚ ਦਿਖ ਰਹੀ ਸੀ ਤੇ ਫਿਰ ਥੋੜ੍ਹੀ ਜਿਹੀ ਹੋਰ ਮਿਹਨਤ ਕਰਨੀ ਸ਼ੁਰੂ ਕੀਤੀ। ਨੋ ਡਾਊਟ ਰਮਨ ਨੇ ਵੀ ਬਹੁਤ ਮਿਹਨਤ ਕੀਤੀ ਮੇਰੇ ਨਾਲ ਇਸ ਚੀਜ਼ ਦੇ ਉੱਪਰ ਤੇ ਫਾਈਨਲੀ ਅਸੀਂ 2019 ਦੇ ਵਿੱਚ ਇੱਥੇ ਪਹੁੰਚਣ 'ਚ ਕਾਮਯਾਬ ਹੋਏ। ਓਕੇ, ਤੇ ਉਹ ਪਹਿਲਾ ਦਿਨ ਜਦੋਂ ਤੁਸੀਂ ਲੈਂਡ ਕੀਤੇ ਹੋ ਏਅਰਪੋਰਟ ਦੇ ਉੱਤੇ, ਮੈਨੂੰ ਪਤਾ ਜਦੋਂ ਅਸੀਂ ਇੰਡੀਆ ਹੁੰਦੇ ਹਾਂ ਨਾ ਉਦੋਂ ਸੁਪਨੇ ਕੁਛ ਹੋਰ ਹੁੰਦੇ ਨੇ, ਮਤਲਬ ਉਦੋਂ ਲੱਗਦਾ ਹੈ ਕਿ ਪਤਾ ਨਹੀਂ ਉੱਥੇ ਪਹੁੰਚ ਕੇ ਕੀ ਹੋ ਜਾਣਾ ਹੈ, ਕੀ ਮਿਲ ਜਾਣਾ ਹੈ, ਹੈ ਨਾ। ਸੋ ਜੋ ਪਹਿਲਾ ਦਿਨ ਜਦੋਂ ਕੈਨੇਡਾ ਦੀ ਧਰਤੀ ਤੇ ਤੁਸੀਂ ਕਦਮ ਰੱਖਿਆ, ਉਹ ਕਿੱਦਾਂ ਦਾ ਐਕਸਪੀਰੀਅੰਸ ਸੀਗਾ, ਫੀਲ ਕਿੱਦਾਂ ਦਾ ਸੀਗਾ ਉਸ ਟਾਈਮ? ਮੈਂ ਇਹਦੇ ਵਿੱਚ ਨਾ ਮੈਂ ਇੱਕ ਇਨਸੀਡੈਂਟ ਸ਼ੇਅਰ ਕਰਦਾ ਤੁਹਾਡੇ ਨਾਲ। ਸਾਡੇ ਨਾਲ ਇੱਕ ਦੋਸਤ ਹੁੰਦਾ ਸੀ ਤੇ ਉਹਦਾ ਨਾ ਕਾਫੀ ਵਾਰੀ ਵੀਜ਼ਾ ਰਿਜੈਕਟ ਹੋ ਚੁੱਕਿਆ ਸੀ ਕਾਫੀ ਕੰਟਰੀਜ਼ ਦਾ, ਤੇ ਫਾਈਨਲੀ ਜਦੋਂ ਉਹ ਇੱਕ ਕੰਟਰੀ ਪਹੁੰਚਿਆ ਤੇ ਉਹਨੇ ਨਾ ਉੱਥੇ ਲਿਟ ਕੇ ਉਸ ਚੀਜ਼ ਦਾ ਨੀਚੇ ਪੈ ਕੇ ਉਸਦੀ ਉਸਦਾ ਧੰਨਵਾਦ ਕੀਤਾ ਉਸ ਧਰਤੀ ਦਾ ਕਿ ਫਾਈਨਲੀ ਮੈਂ ਇੱਥੇ ਪਹੁੰਚਿਆ। ਮੇਰੀ ਵੀ ਇਹੀ ਸੀਗਾ ਕਿ ਆ ਕੇ ਵਾਪਸ ਆ ਗਏ ਤੇ ਆ ਕੇ ਇੱਕ ਵਾਰੀ ਧੰਨਵਾਦ ਜ਼ਰੂਰ ਕਰਦੇ ਆ ਕਿ ਜਿੱਥੇ ਉਹਨੂੰ ਬਹੁਤ ਲੋਕ ਤਰਸਦੇ ਨੇ ਤੇ ਅਸੀਂ ਬੜੇ ਉਹਦੇ ਨਾਲ ਪਹੁੰਚੇ ਹਾਂ, ਹਨਾ। ਤੇ ਇੱਥੇ ਆ ਕੇ ਨੋ ਡਾਊਟ ਸਾਨੂੰ ਬਹੁਤ ਬਹੁਤ ਲੋਕਾਂ ਦੀ ਹੈਲਪ ਮਿਲੀ। ਇਹ ਨਹੀਂ ਹੈਗਾ ਵੀ ਸਾਨੂੰ ਕਿਸੇ ਨੇ ਇੱਕ ਵਾਰੀ ਵੀ ਨਾ ਨਹੀਂ ਕਹੀ ਸਾਨੂੰ। ਓਕੇ, ਮੇਰਾ ਭਾਈ ਇੱਥੇ ਸੀਗਾ ਤੇ ਪਰ ਮੈਨੂੰ ਇਹ ਸੀਗਾ ਕਿ ਮੈਂ ਥੋੜਾ ਜਿਹਾ ਦੂਰ ਮੂਵ ਹੋਈਏ ਤੇ ਰਮਨ ਦੀ ਵੀ ਸੋਚਣੀ ਇਹੀ ਸੀ ਕਿ ਜੇ ਆਪਾਂ
ਥੋੜਾ ਜਿਹਾ ਦੂਰ ਰਹੀਏ ਤਾਂ ਚੰਗੇ ਰਹਾਂਗੇ। ਉਹਦੇ ਵਿੱਚ ਇਹ ਹੈ ਕਿ ਭਾਂਡੇ ਜੋ ਨੇੜੇ ਰਹਿਣ ਉਹ ਖੜਕਦੇ ਰਹਿੰਦੇ ਆ ਬਿਲਕੁਲ, ਤੇ ਜੇ ਉਹ ਥੋੜਾ ਜਿਹਾ ਦੂਰ ਰਹਿਣ ਤਾਂ ਉਹ ਵਧੀਆ ਲੱਗਦੇ ਆ, ਹਨਾ। ਹਾਂਜੀ, ਤੇ ਸਾਨੂੰ ਦੂਰ ਵਾਲਾ ਸ਼ਹਿਰ ਵੈਰੀ ਹੀ ਵਧੀਆ ਲੱਗਿਆ। ਉਹਦੇ ਵੀ ਦੋ ਕਾਰਨ ਸੀਗੇ, ਇੱਕ ਤਾਂ ਸੀਗਾ ਕਿ ਸਾਨੂੰ ਇੱਕ ਹਾਈਵੇ ਤੇ ਸਿੱਧਾ ਡਾਇਰੈਕਟ ਅਪਰੋਚੇਬਲ ਸੀਗਾ, ਤੇ ਦੂਜਾ ਇਹ ਸੀਗਾ ਕਿ ਸਾਡਾ ਇੱਥੇ ਜਾਣ ਦੇ ਲੋਕ ਬਹੁਤ ਸੀਗੇ ਸਾਨੂੰ ਜਾਰਜੀਅਨ ਕਾਲਜ ਕਰਕੇ। ਹਾਂਜੀ, ਭਾਂਡੇ ਖੜਕਦੇ ਆ ਤੇ ਮੈਨੂੰ ਲੱਗਦਾ ਕਿ ਵੀ ਸਾਡੇ 'ਚ ਸ਼ੁਰੂ ਤੋਂ ਹੀ ਸੀਗੀ ਇਹ ਵਾਲੀ ਚੀਜ਼ ਕਿ ਵੀ ਇੱਕ ਦੂਸਰੇ ਨੂੰ ਅੰਡਰਸਟੈਂਡ, ਸ਼ਾਇਦ ਅਸੀਂ ਸਿਚੁਏਸ਼ਨਸ ਐਵੇਂ ਦੀਆਂ 'ਚੋਂ ਲੰਘ ਕੇ ਆਏ ਕਿ ਵੀ ਅਸੀਂ ਇੱਕ ਦੂਸਰੇ ਨਾਲ ਜ਼ਿਆਦਾ ਉਹ ਕੀਤਾ ਹੀ ਨਹੀਂ ਹੈਗਾ। ਹਾਂਜੀ, ਹੈ ਨਾ, ਕੋਈ ਐਵੇਂ ਦਾ ਹੋਇਆ ਨਹੀਂ, ਬਹੁਤ ਘੱਟ ਹੋਇਆ। ਮਤਲਬ ਅਸੀਂ ਜੇ ਨਾ, ਮਤਲਬ ਟੂ ਬੀ ਵੈਰੀ ਓਨੈਸਟ, ਕਿ ਜੇ ਸਾਡੇ ਸਾਹਮਣੇ ਕੋਈ ਵੈਸੇ ਮਤਲਬ ਕੋਈ ਹੋਰ ਕਪਲ ਹੈ, ਉਹ ਆਪਸ 'ਚ ਜੇ ਜਿਵੇਂ ਹੁਣ ਉਹਨਾਂ ਦੀ ਨੋਕ-ਝੋਕ ਹੋ ਰਹੀ ਹੈ, ਹਾਂਜੀ, ਤਾਂ ਸਾਨੂੰ ਥੋੜਾ ਨਾ ਡਿਸਟਰਬਿੰਗ ਲੱਗਦਾ ਸੀ ਨਾ, ਕਹਿੰਦੇ ਪਲੀਜ਼ ਤੁਸੀਂ ਚੁੱਪ ਕਰ ਜਾਓ, ਹੈ ਨਾ। ਹਾਂਜੀ, ਉਹ ਵੀ ਕਪਲ ਕਹਿੰਦਾ ਹੈਗਾ, ਯਾਰ ਇਹ ਤਾਂ ਦੁਨੀਆ ਤੋਂ ਬੜੇ ਅਨੋਖੇ ਕਪਲ ਨੇ ਕਿ ਇਹਨਾਂ ਨੂੰ ਇਹ ਵੇਖ ਵੀ ਨਹੀਂ ਸਕਦੇ ਕਿਸੇ ਦੀ ਬਹਿਸ। ਹਾਂ, ਉਹ ਬੇਸ਼ੱਕ ਸਾਨੂੰ ਕਹਿ ਵੀ ਦਿੰਦੇ ਆ। ਹਾਂਜੀ, ਮਤਲਬ ਕਈ ਹੁੰਦੇ ਆ, ਉਹਨਾਂ ਨੂੰ ਪਤਾ ਹੈ ਕਿ ਵੀ ਸਾਡਾ ਨੇਚਰ ਐਵੇਂ ਦਾ, ਤਾਂ ਪਹਿਲਾਂ ਹੀ ਕਹਿ ਦੇਣਗੇ, ਅੱਛਾ ਆਪਾਂ ਹੁਣ ਇਹਨਾਂ ਦੇ ਘਰ ਬੈਠੇ, ਹਾਲੇ ਆਪਾਂ ਇਸ ਗੱਲ ਤੇ ਡਿਸਕਸ ਨਹੀਂ ਕਰਨਾ, ਹਾਲੇ ਆਪਾਂ ਨਹੀਂ ਲੜਨਾ। ਅੱਛਾ, ਤਾਂ ਵੀ ਥੋੜੀ ਬਹੁਤ ਨੋਕ ਝੋਕ ਤੇ ਹੁੰਦੀ ਹੋਏਗੀ। ਹਾਂਜੀ ਬਿਲਕੁਲ। ਅੱਛਾ, ਕਿਹਦੇ ਵੱਲੋਂ ਹੁੰਦੀ ਹੈ ਜ਼ਿਆਦਾ? ਦੋਨਾਂ ਵੱਲੋਂ ਹੀ ਹੋ ਜਾਂਦੀ ਹੈ ਜੀ, ਓਨੈਸਟਲੀ ਦੋਵੇਂ ਇੱਕੋ ਜਿਹੇ ਨੇ, ਦੋਵੇਂ ਮੈਦਾਨ 'ਚ ਉਤਰ ਜਾਂਦੇ ਨੇ। ਪਰ ਇਹ ਹੁੰਦਾ ਕਿ ਅਸੀਂ ਉਸ ਚੀਜ਼ ਦੇ ਉੱਪਰ ਜੇ ਬਹਿਸ ਹੋ ਗਈ, ਇੱਕ ਜਣਾ ਗੁੱਸੇ ਹੋ ਗਿਆ, ਤਾਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਦੂਜਾ ਚੁੱਪ ਕਰਕੇ ਉਸ ਚੀਜ਼ ਨੂੰ ਟਾਈਮ ਟਪਾਈਦਾ ਅਸੀਂ। ਓਕੇ, ਤੇ ਫਿਰ ਥੋੜੇ ਕੁ ਦਿਨਾਂ ਬਾਅਦ ਅਸੀਂ ਆਪ ਇੱਕ ਦੂਜੇ ਨੂੰ ਪੁੱਛ ਲਈਦਾ ਵੀ ਹਾਂਜੀ ਹੁਣ ਦੱਸੋ, ਹੁਣ ਆਪਾਂ ਡਿਸਕਸ ਕਰਦੇ ਹਾਂ। ਨਹੀਂ, ਥੋੜੇ ਘੰਟਿਆਂ ਬਾਅਦ। ਹਾਂਜੀ, ਮੈਂ ਵੀ ਉਹੀ ਕਿਹਾ ਕਿ ਹੁਣੇ ਕਿਹਾ ਬਹਿਸ ਹੁੰਦੀ ਨਹੀਂ, ਫਿਰ ਇਹਨਾਂ ਨੇ ਕਿਹਾ ਕਿ ਥੋੜੇ ਦਿਨਾਂ ਬਾਅਦ। ਕੀ ਨਹੀਂ, ਹੌਲੀ ਹੌਲੀ ਸਾਰਾ ਕੁਝ ਖੁੱਲੂਗਾ ਨਾ। ਥੋੜੇ ਦਿਨ ਤੁਸੀਂ ਵੇਟ ਵੀ ਨਹੀਂ ਕਰ ਸਕਦੇ ਕਿਉਂਕਿ ਰੋਟੀ ਤੁਹਾਨੂੰ ਇਧਰੋਂ ਹੀ ਮਿਲਣੀ ਹੈ, ਸੋ ਦਿਨਾਂ ਦਾ ਕੰਮ ਨਹੀਂ ਇੱਥੇ ਹੈਗਾ। ਅੱਛਾ, ਬਣਾਉਂਦਾ ਕੌਣ ਹੈ ਪਹਿਲੇ? ਬੜੀ ਤਾਰੀਫ ਹੋ ਰਹੀ ਹੈ, ਕੋਈ ਗੱਲ ਨੀ, ਰਾਤ ਨੂੰ ਦੋ ਤਿੰਨ ਸਬਜ਼ੀਆਂ, ਦਹੀਂ, ਫੁਲਕੇ, ਚੌਲ, ਸਾਰਾ ਕੁਛ ਇਹਨਾਂ ਨੂੰ ਵਧੀਆ ਡਿਨਰ ਮਿਲੇਗਾ। ਮਨਿੰਦਰ ਔਲਖ ਦਾ ਮੇਰੇ ਰਿਸ਼ਤੇਦਾਰਾਂ ਨੂੰ ਇਹ ਸ਼ੱਕ ਰਿਹਾ ਕਿ ਵੀ ਲਵ ਮੈਰਿਜ ਆ, ਵੀ ਇੰਨੀ ਜਲਦੀ ਅੰਡਰਸਟੈਂਡਿੰਗ ਨਹੀਂ ਹੋ ਸਕਦੀ। ਮਤਲਬ ਸਿਰਫ ਸ਼ੱਕ ਹੀ ਹੈ, ਉਹ ਸ਼ੱਕ ਹੀ ਰਹੇਗਾ, ਹੈ ਨਾ। ਤੇ ਅੱਛਾ, ਅਰੇਂਜ ਮੈਰਿਜ ਫਿਰ ਕਿੱਦਾਂ ਹੋਈ, ਵਿਚੋਲਾ ਕੌਣ ਬਣਿਆ? ਮੇਰੇ ਨਾਲ ਪਲੱਸ ਟੂ ਤੱਕ ਪੜ੍ਹੀ ਹੋਈ ਸੀਗੀ, ਤੇ ਇਹਨਾਂ ਦੇ ਨਾਲ ਉਹਨੇ ਜੋਬ ਕੀਤੀ। ਹਾਂਜੀ, ਤੇ ਉਸ ਟਾਈਮ ਪੀਰੀਅਡ ਦੇ ਵਿੱਚ ਮਤਲਬ ਇਹਨਾਂ ਦਾ ਸਾਡੀ ਉਹ ਮੇਰੀ ਫੈਮਿਲੀ ਫਰੈਂਡ ਵੀ ਸੀਗੀ। ਹਾਂਜੀ, ਮੈਂ ਸਭ ਤੋਂ ਪਹਿਲਾਂ ਹੀ ਮਤਲਬ ਰਿਸ਼ਤਾ ਮਤਲਬ ਸੈਂਡ ਕੀਤਾ ਹੈ। ਉਦੋਂ ਵੀ ਬੜੀਆਂ ਕੰਪਲਿਕੇਸ਼ਨਸ ਜਿਹੀਆਂ ਚੱਲ ਰਹੀਆਂ ਸੀਗੀਆਂ ਸਾਡੇ ਘਰੇ, ਕੁਝ ਹੈ ਨਾ, ਮੇਰੇ ਫਾਦਰ ਦਾ ਥੋੜਾ ਜਿਹਾ ਐਕਸੀਡੈਂਟ ਹੋਇਆ ਹੋਇਆ ਸੀਗਾ, ਤੇ ਉਹ ਹੋਸਪਿਟਲ ਸੀਗੇ, PGI ਸੀਗੇ। ਸੋ 10 ਕੁ ਦਿਨ ਇਹੀ ਗੱਲ ਚੱਲਦੀ ਰਹੀ, ਹੈ ਨਾ। ਤੇ ਫਿਰ ਚਲੋ ਜੀ, ਬੇਸਿਕਲੀ ਹਾਂ ਹੋ ਗਈ, ਮਿਲ ਲਏ ਅਸੀਂ, ਚਲੋ ਠੀਕ ਹੈ, ਹੈ ਨਾ। ਹਾਂਜੀ, ਤੇ ਫਿਰ ਵੀ ਸਾਰੇ ਰਿਸ਼ਤੇਦਾਰਾਂ ਨੂੰ ਇਹ ਸੀਗਾ, ਮੇਰੇ ਫਾਦਰ ਨੂੰ ਮੇਰਿਆਂ ਨੂੰ ਬੜਾ ਉਹ ਸੀਗਾ
ਕਿ ਵੀ ਇਹ ਤਾਂ ਸੰਗਰੂਰ ਵਾਲੀ ਸਾਈਡ ਤੋਂ ਨੇ, ਬਹੁਤ ਦੂਰ ਤੋਂ ਨੇ ਜੀ, ਪਤਾ ਨਹੀਂ ਕਿਵੇਂ ਦੇ ਲੋਕ ਨੇ, ਅੱਛਾ ਅੱਛਾ, ਕਿਵੇਂ ਦੇ ਲੋਕ ਨੇ, ਉਹ ਬੜਾ ਘਬਰਾਉਂਦੇ ਹੁੰਦੇ ਸੀ। ਹਾਂਜੀ, ਤੇ ਫਿਰ ਜਦੋਂ ਮਤਲਬ ਦੇਖਣ ਜਾਣਾ ਸੀਗਾ, ਮਤਲਬ ਜਿਵੇਂ ਹੁਣ ਜਦੋਂ ਇਹਨਾਂ ਦੇ ਘਰੇ ਇਹਨਾਂ ਨੂੰ ਮਿਲਣ ਜਾਣਾ ਸੀਗਾ, ਤਾਂ ਉਹਨਾਂ ਨੂੰ ਇਹ ਹੋ ਗਿਆ ਕਿ ਵੀ ਸਾਰੇ ਜਾਣੇ ਜਾਓ, ਕੋਈ ਨਹੀਂ ਘਰੇ ਹੋਵੇ, ਕੋਈ ਇਹ ਨਾ ਕਹੇ ਵੀ ਮੈਂ ਨੀ ਗਿਆ ਹੈਗਾ, ਮੈਂ ਨੀ। ਹਾਂਜੀ, ਰਿਸ਼ਤੇ ਦੀਆਂ ਗੱਲਾਂ ਚੱਲ ਰਹੀਆਂ ਨੇ ਤੁਹਾਡੀਆਂ, ਮੈਨੂੰ ਇਹ ਦੱਸੋ ਕਿ ਜਦੋਂ ਤੁਹਾਨੂੰ ਪਹਿਲੀ ਵਾਰ ਪਤਾ ਲੱਗਾ ਕਿ ਮੇਰੇ ਲਈ ਜਿਹੜੀ ਕੁੜੀ ਦਾ ਰਿਸ਼ਤਾ ਆ ਰਿਹਾ ਉਹ ਇਹ ਨੇ, ਸੋ ਪਹਿਲੇ ਤੁਸੀਂ ਫੋਟੋ ਦੇਖੀ ਕਿ ਕਿੱਦਾਂ, ਮਤਲਬ ਤੁਹਾਨੂੰ ਪਤਾ ਲੱਗਿਆ ਫੋਟੋ ਵੇਖੀ ਕਿ ਮਿਲੇ? ਨਹੀਂ, ਪਹਿਲਾਂ ਸਾਡੇ ਘਰੇ ਨਾ ਕਦੇ ਨਾਰਮਲੀ ਜਿਵੇਂ ਮੈਂ ਐਜ਼ ਅ ਟੀਚਰ ਉੱਥੇ ਇੰਡੀਆ 'ਚ ਕੰਮ ਕਰ ਰਿਹਾ ਸੀ। ਹਾਂਜੀ, ਤੇ ਸਾਡੇ ਘਰੇ ਸ਼ਾਮ ਨੂੰ ਇੱਕ ਬੈਲ ਵੱਜਦੀ ਆ ਤੇ ਕੋਈ ਅੰਦਰ ਆਉਂਦਾ, ਮੈਂ ਉੱਪਰ ਆਪਦਾ ਕੰਪਿਊਟਰ ਤੇ ਕੰਮ ਕਰ ਰਿਹਾ ਸੀਗਾ, ਤੇ ਮੰਮਾ ਨੂੰ ਲੱਗਿਆ ਵੀ ਕੋਈ ਨਾ ਕਿਸੇ ਬੱਚੇ ਦੇ ਪੇਰੈਂਟਸ ਆਏ ਨੇ, ਕਿਉਂਕਿ ਉਦੋਂ ਐਗਜ਼ਾਮ ਚੱਲ ਰਹੇ ਸੀ। ਹਾਂਜੀ, ਤੇ ਵੀ ਨਾਰਮਲੀ ਬੱਚਿਆਂ ਦੇ ਪੇਰੈਂਟਸ ਆ ਜਾਂਦੇ ਵੀ ਸਰ ਬੱਚੇ ਦਾ ਧਿਆਨ ਰੱਖਿਓ ਜੀ, ਏਦਾਂ ਕਰਕੇ ਤੇ ਉਹ ਅੰਦਰ ਆ ਕੇ ਬੈਠ ਗਏ ਤੇ ਮੈਨੂੰ ਉੱਪਰੋਂ ਬੁਲਾਇਆ, ਮੈਂ ਵੀ ਉੱਪਰੋਂ ਉਵੇਂ ਹੀ ਨੀਚੇ ਆਇਆ ਉਸੇ ਉਹਦੇ ਵਿੱਚ, ਤੇ ਮੈਂ ਨੀਚੇ ਆ ਕੇ ਮੈਂ ਨਾਰਮਲ ਉਹੀ ਆਪਣਾ ਘਰ ਦਾ ਪੁਰਾਣਾ ਜਿਹਾ ਉਹ ਕੁੜਤਾ ਪਜਾਮਾ ਜਿਹਾ ਪਾਇਆ ਹੋਇਆ, ਤੇ ਮੈਂ ਨੀਚੇ ਆਇਆ, ਮੈਂ ਆ ਕੇ ਮੈਂ ਕਿਹਾ ਹਾਂਜੀ ਦੱਸੋ ਜੀ, ਕਹਿੰਦੇ ਜੀ ਤੁਹਾਡੀ ਸਾਨੂੰ ਦੱਸ ਪਈ ਸੀ, ਮੈਂ ਆਪਦੇ ਵੱਲ ਦੇਖ ਰਿਹਾ ਨਾਲੇ ਵੀ ਮੈਂ ਮੈਨੂੰ ਏਦਾਂ ਦੇਖਣ ਆ ਗਏ, ਤੇ ਮੈਂ ਪਿੱਛੇ ਪੋਨੀ ਕੀਤੀ ਹੋਈ ਆ, ਵਾਲ ਵੀ ਉਵੇਂ ਹੀ ਖੋਲੇ ਹੋਏ ਆ, ਤੇ ਉਹ ਮੇਰੇ ਲਈ ਬਹੁਤ ਜ਼ਿਆਦਾ ਉਹ ਸੀਗਾ, ਮੈਨੂੰ ਲੱਗਿਆ ਲੈ ਵੀ ਇਹ ਵੀ ਰਿਸ਼ਤਾ ਗਿਆ ਹੁਣ। ਅੱਛਾ, ਇਹ ਵੀ ਰਿਸ਼ਤਾ ਗਿਆ, ਮਤਲਬ ਪਹਿਲੇ ਵੀ ਰਿਸ਼ਤੇ ਜਾ ਚੁੱਕੇ ਨੇ? ਹਾਂਜੀ ਹਾਂ, ਪਹਿਲੇ ਇੱਕ ਦੋ ਰਿਸ਼ਤੇ ਆਏ ਸਨ। ਰਿਸ਼ਤੇਦਾਰਾਂ ਤੋਂ ਪਹਿਲਾਂ ਜਦੋਂ ਮੇਰੇ ਮਾਤਾ ਜੀ ਨੇ ਮਾਮਾ ਜੀ ਉਹਨਾਂ ਨਾਲ ਗੱਲ ਕੀਤੀ, ਤੇ ਮਾਮਾ ਜੀ ਨੇ ਵੀ ਇਹੀ ਕਿਹਾ ਵੀ ਪਹਿਲਾਂ ਤੁਸੀਂ ਇੱਕ ਵਾਰੀ ਜਾ ਕੇ ਮਿਲੋ, ਦੇਖੋ, ਗੱਲ ਕਰੋ, ਫਿਰ ਆਪਾਂ ਅੱਗੇ ਉਸ ਚੀਜ਼ ਨੂੰ ਅੱਗੇ ਤੋਰਾਂਗੇ। ਹਾਂਜੀ, ਤੇ ਜਦੋਂ ਅਸੀਂ ਪਹਿਲੀ ਵਾਰੀ ਮਿਲੇ, ਉਹੀ ਗੱਲ ਜਿਹੜੀ ਆਪਾਂ ਪਹਿਲਾਂ ਸ਼ੁਰੂਆਤ 'ਚ ਕਰ ਰਹੇ ਸੀ ਰਿਸ਼ਤਿਆਂ ਦੀ, ਤੇ ਇਹਨਾਂ ਦੇ ਪਰਿਵਾਰ ਦਾ ਵੀ ਕਾਫੀ ਅੱਛਾ ਇਸ ਚੀਜ਼ ਦੇ ਉੱਪਰ ਸੀਗਾ, ਤੇ ਸਾਨੂੰ ਇਹੀ ਚੀਜ਼ ਸੀਗਾ ਕਿ ਜੇ ਆਪਾਂ ਰਿਸ਼ਤਿਆਂ ਨੂੰ ਅਹਿਮੀਅਤ ਦੇ ਰਹੇ ਆ ਸਾਰੇ ਜਾਣੇ, ਤਾਂ ਉਸ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ। ਹਾਂਜੀ, ਕਿਉਂਕਿ ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ ਆ, ਪਰ ਇੱਕ ਰਿਸ਼ਤੇ ਹੁੰਦੇ ਜਿਹੜੇ ਧੁਰੋਂ ਬਣ ਕੇ ਆਉਂਦੇ ਆ, ਪਰਮਾਤਮਾ ਤੁਹਾਡੇ ਨਾਲ ਬੰਨ ਕੇ ਤੋਰਦਾ ਆ, ਤੇ ਜੇ ਤੁਸੀਂ ਉਹਨਾਂ ਨੂੰ ਉਵੇਂ ਹੀ ਵਾਪਸ ਨਹੀਂ ਲੈ ਕੇ ਜਾਂਦੇ, ਤਾਂ ਸ਼ਾਇਦ ਮੈਨੂੰ ਲੱਗਦਾ ਹੈ ਕਿ ਤੁਸੀਂ ਕੁਝ ਛੱਡ ਕੇ ਜਾ ਰਹੇ ਹੋ ਪਿੱਛੇ। ਵਾਓ, ਤੇ ਉਹ ਨਾਲ ਜਾਣੇ ਚਾਹੀਦੇ ਆ ਤੁਹਾਡੇ। ਬਹੁਤ ਵਧੀਆ ਗੱਲ ਕੀਤੀ ਤੁਸੀਂ। ਤੇ ਅੱਛਾ, ਤੁਹਾਡੀ ਪਹਿਲੀ ਮੁਲਾਕਾਤ, ਤੁਸੀਂ ਕੁਝ ਕਹਿਣਾ ਚਾਹ ਰਹੇ ਹੋ? ਹਾਂਜੀ ਹਾਂ, ਮੈਨੂੰ ਇੱਕ ਇਨਸੀਡੈਂਟ ਯਾਦ ਆ ਰਿਹਾ। ਹਾਂਜੀ ਹਾਂਜੀ, ਜਿਸ ਦਿਨ ਮਤਲਬ ਆਫੀਸ਼ੀਅਲੀ ਇਹ ਸਾਨੂੰ ਮਤਲਬ ਮੈਨੂੰ ਮਿਲਣ ਆਏ ਸੀਗੇ, ਤਾਂ ਫਿਰ ਇਹਨਾਂ ਦੇ ਮਦਰ ਔਰ ਇਹ ਸੀਗੇ ਦੋਨੋਂ ਜਣੇ, ਤੇ ਇਧਰੋਂ ਮੈਂ ਔਰ ਮੇਰੇ ਮਦਰ ਸੀ, ਕਿਉਂਕਿ ਮੇਰੇ ਡੈਡ ਹੋਸਪਿਟਲ ਵਿੱਚ ਸੀਗੇ ਉਸ ਟਾਈਮ, ਤੇ ਮੈਂ ਆਪਣੀ ਮੇਰੀ ਫਰੈਂਡ ਦੇ ਘਰੇ, ਉਹੀ ਜਿਹੜੀ ਸਾਡੀ ਮਿਊਚੁਅਲ ਫਰੈਂਡ ਸੀਗੀ, ਉਹਦੇ ਘਰੇ ਅਸੀਂ ਮਿਲੇ, ਤੇ ਇਹ ਚਲੇ ਗਏ, ਇਹ ਪੂਰੇ ਟਿੱਟ ਫੈਟ ਕੇ ਆਏ, ਹੈ ਨਾ, ਟਾਈ ਸ਼ਾਈ ਲਾਈ ਹੋਈ, ਹੈ ਨਾ, ਅਤੇ ਆਪਣਾ ਸੂਟ ਵਗੈਰਾ ਪਾਇਆ ਹੋਇਆ, ਅਤੇ ਮੈਂ ਤਾਂ ਆਪਣੀ ਇਹ ਚਲੇ ਗਏ, ਮੈਂ ਆਪਣੀ ਫਰੈਂਡ ਨੂੰ ਕਿਹਾ, ਮੈਂ ਕਿਹਾ ਇਹ ਮੁੰਡਾ ਤਾਂ ਮੈਨੂੰ ਰਿਜੈਕਟ ਕਰੂਗਾ, ਇਹ ਤਾਂ ਨਹੀਂ ਮੈਨੂੰ ਸਿਲੈਕਟ ਕਰੂਗਾ। ਹਾਂਜੀ ਮਹੀਨੇ ਲੰਘ ਗਏ ਆਰਾਮ ਨਾਲ। ਹਾਂਜੀ, ਉਹ ਹਲੇ ਤੱਕ ਵੈਸੇ ਸੀਕ੍ਰੇਟ ਬਣਿਆ ਹੋਇਆ ਤੇ ਸੀਕ੍ਰੇਟ ਹੀ ਬਣਿਆ ਸੀ ਤਾਂ ਚੰਗੀ ਗੱਲ ਹੈ, ਠੀਕ ਹੈ, ਨਹੀਂ ਸਾਡੇ ਜੁੱਤੀਆਂ ਬਹੁਤ ਪੈਣ ਵਾਲੀਆਂ। ਅੱਛਾ, ਕਿੰਨੇ ਵਾਰੀ ਅਸੀਂ ਉਦੋਂ ਬਾਅਦ ਮਿਲੇ, ਅੱਜ ਕਿਤੇ ਪਤਾ ਲੱਗ ਹੀ ਨਾ ਜਾਵੇ, ਕੁਦਰਤ ਦਾ ਸੀਗਾ ਦੇਖੋ,
ਇਹਨਾਂ ਦੀ ਕਾਲਜ ਬੱਸ ਸਾਡੇ ਪਿੰਡ ਦੇ ਅੱਗੋਂ ਦੀ ਲੰਘ ਕੇ ਜਾਂਦੀ ਸੀ ਤੇ ਇਹ ਪਿਛਲੇ 5 ਸਾਲਾਂ ਤੋਂ ਉਸੇ ਕਾਲਜ ਬੱਸ 'ਚ ਟਰੈਵਲ ਕਰਦੇ ਸੀਗੇ ਵੀ ਆਰ ਨੋਟ ਅਵੇਅਰ ਆਫ ਇਟ ਠੀਕ ਹੈ ਨਾ ਤੇ ਜਦੋਂ ਸਾਡਾ ਰਿਸ਼ਤਾ ਹੋਇਆ ਤਾਂ ਸਾਡੇ ਪਿੰਡ ਦੇ ਅੱਗੇ ਵਾਲੀ ਰੋਡ 'ਚ ਹੀ ਕੰਸਟਰਕਸ਼ਨ ਸ਼ੁਰੂ ਹੋ ਗਈ ਹੈ ਨਾ ਤੇ ਇਹਨਾਂ ਦੀ ਬੱਸ ਮੇਰੇ ਆਫਿਸ ਦੇ ਅੱਗੇ ਦੀ ਘੁੰਮ ਕੇ ਜਾਣ ਤੁਸੀਂ ਬਲੀਵ ਕਰੋਗੇ ਮੈਨੂੰ ਯਾਨੀ ਕਿ ਉਸ ਟਾਈਮ ਪੀਰੀਅਡ ਦੇ ਵਿੱਚ ਮੈਨੂੰ ਪਹਿਲਾ ਗਿਫਟ ਕੀ ਮਿਲਿਆ ਹੋ ਸਕਦਾ ਹਾਂਜੀ ਇਹ ਤੇ ਤੁਸੀਂ ਦੱਸ ਸਕਦੇ ਹੋ ਵੀ ਮੈਂ ਨਹੀਂ ਮੈਨੂੰ ਸਬਜ਼ੀਆਂ ਮਿਲੀਆਂ ਸੀਗੀਆਂ ਪਹਿਲਾਂ ਗਿਫਟ ਕਰੇ ਲਿਜਾਣ ਨੂੰ ਅੱਛਾ ਪਹਿਲੇ ਹੀ ਕਹਿਤਾ ਵੀ ਸਬਜ਼ੀਆਂ ਕਿ ਰੋਟੀ ਮੈਂ ਬਾਅਦ ਚੋਂ ਨਹੀਂ ਬਣਾਣੀ ਮੁੰਡਾ ਪਹਿਲੇ ਸਮਝ ਜੇ ਕਿ ਸਬਜ਼ੀ ਮੁੰਡੇ ਨੂੰ ਬਣਾਣੀ ਪੈਣੀ ਵਿਆਹ ਤੋਂ ਬਾਅਦ ਤੇ ਬਸ ਸਾਰੀ ਕਾਲਜ ਬਸ ਰੁਕੀ ਉੱਥੇ ਹੈ ਨਾ ਤੇ ਮੈਂ ਇਹਨਾਂ ਨੂੰ ਫੋਨ ਕੀਤਾ ਕਿ ਵੀ ਕੁਝ ਹੈਗਾ ਲੱਗਿਆ ਕਿਉਂਕਿ ਮੈਂ ਉੱਥੇ ਨਾ ਐਜ਼ ਅ ਸੀਨੀਅਰ ਰਿਸਰਚ ਫੈਲੋ ਕੰਮ ਕਰਦੀ ਸੀਗੀ ਪੀਏਯੂ ਦਾ ਇੱਕ ਕੇਵੀਕੇ ਸੈਂਟਰ ਸੀਗਾ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਉੱਥੇ ਨਾ ਸਾਡੇ ਬਹੁਤ ਸਾਰੀਆਂ ਪਹਿਲਾਂ ਸਾਨੂੰ ਜਿਹੜੇ ਇਹਨਾਂ ਨੇ ਹਾਈਬ੍ਰਿਡ ਸੀਡਸ ਜਿਹੜੇ ਇਹਨਾਂ ਨੇ ਪਹਿਲਾਂ ਪਬਲਿਕ ਨੂੰ ਦੇਣੇ ਹੁੰਦੇ ਨੇ ਉਹ ਪਹਿਲਾਂ ਅਸੀਂ ਟੈਸਟ ਕਰੀਦੇ ਆ ਕਿ ਉਹਨਾਂ ਦਾ ਕੀ ਉਹ ਹੈਗਾ ਤੇ ਉਹ ਸਾਡੇ ਦੇ ਟੈਸਟ ਕੀਤੇ ਗਏ ਸੀਗੇ ਵਾਹ ਉਹ ਕੈਪਸਿਕਮ ਸੀ ਅੱਛਾ ਬਹੁਤ ਜ਼ਿਆਦਾ ਸ਼ਿਮਲਾ ਮਿਰਚ ਉਹਨਾਂ ਨੇ ਸਾਡੀ ਸਾਰੇ ਐਮਪਲੋਈਜ਼ ਦੀ ਡਿਊਟੀ ਲਾਤੀ ਭਾਈ ਆਪਣੀ ਆਪਣੀ ਲੈ ਜਾਓ ਤੇ ਇਹਨੂੰ ਆਪਾਂ ਕੀ ਕਰਨਾ ਆਪਾਂ ਇਹਨੂੰ ਸੇਵ ਨਹੀਂ ਕਰ ਸਕਦੇ ਹੈਗੇ ਹੈ ਨਾ ਤੇ ਮੇਰੇ ਦਿਮਾਗ 'ਚ ਆਇਆ ਮੈਂ ਕਿਹਾ ਚੱਲ ਇੱਕ ਮੈਂ ਵੱਡਾ ਬੈਗ ਉੱਧਰ ਵੀ ਭੇਜ ਦਿੰਦੀ ਹਾਂ ਹੈ ਨਾ ਬੱਸ ਨੇ ਇੱਥੋਂ ਹੀ ਲੰਘਣਾ ਤੇ ਮੈਂ ਫੋਨ ਕੀਤਾ ਮੈਂ ਕਿਹਾ ਵੀ ਰੁਕ ਬੱਸ ਇੱਕ ਮਿੰਟ ਰੁਕ ਸਕਦੀ ਹੈ ਇੱਥੇ ਕਹਿੰਦੇ ਹਾਂ ਹਾਂ ਰੁਕ ਜੂਗੀ ਉਹਨਾਂ ਨੇ ਕਿਹਾ ਇੱਕ ਮਿੰਟ ਕੀ ਮੈਂ ਤਾਂ ਇੱਕ ਘੰਟਾ ਵੀ ਪਾ ਦਾਂਗਾ ਸਾਰੀ ਬੱਸ 'ਚੋਂ ਸਾਰੇ ਬੱਚੇ ਵੀ ਲਟਕ ਲਟਕ ਕੇ ਦੇਖ ਰਹੇ ਹਾਂ ਬਾਕੀ ਟੀਚਰਸ ਵੀ ਅੱਜ ਬੱਸ ਇੱਥੇ ਕਿਉਂ ਰੁਕੀ ਹੈ ਹੈ ਨਾ ਤੇ ਸਰ ਜੀ ਉਤਰੇ ਨੀਚੇ ਔਰ ਸ਼ਿਮਲਾ ਮਿਰਚ ਦਾ ਲਫਾਫਾ ਲੈ ਕੇ ਵਾਪਸ ਫਿਰ ਤੇ ਇਹਨਾਂ ਨੇ ਵੇਖਿਆ ਵੀ ਨਹੀਂ ਹੋਣਾ ਇਹਨਾਂ ਨੇ ਕਿਹਾ ਹੋਣਾ ਜੋ ਰਮਨ ਤੂੰ ਦੇਤਾ ਮੈਂ ਲੈ ਲਿਆ ਹੁਣ ਤੇ ਉਹ ਹਾਲਤ ਹੋ ਗਈ ਅੱਛਾ ਪਹਿਲੀ ਵਾਰ ਆਈ ਲਵ ਯੂ ਕਿੰਨੇ ਕਿਹਾ ਸ਼ਾਇਦ ਯਾਦ ਵੀ ਨਹੀਂ ਹੈਗਾ ਸਾਨੂੰ ਇਹਨਾਂ ਨੂੰ ਕਿਸੇ ਅੱਜ ਤੱਕ ਕਿਹਾ ਕਿ ਨਹੀਂ ਨਹੀਂ ਕਿਹਾ ਹੋਇਆ ਮੈਂ ਕਿਹਾ ਜੇ ਯਾਦ ਨਹੀਂ ਤਾਂ ਜਵਾਲ ਇਦਾਂ ਵੇਖ ਰਹੇ ਨੇ ਕਿ ਆਈ ਲਵ ਯੂ ਆਪਾਂ ਕਿਹਾ ਕਿ ਤੁਸੀਂ ਨੂੰ ਵੈਸੇ ਮੈਨੂੰ ਲੱਗਦਾ ਇਹਨਾਂ ਨੇ ਕਿਹਾ ਹੋਣਾ ਤੁਸੀਂ ਕਿਹਾ ਹੋਣਾ ਮੇਰੇ ਖਿਆਲ ਨਾਲ ਹੈਨਾ ਹਾਂਜੀ ਤੁਸੀਂ ਕਿਹਾ ਹੋਣਾ ਠੀਕ ਹੈ ਅੱਛਾ ਤੇ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਉੱਥੇ ਤੁਸੀਂ ਇੰਡੀਆ 'ਚ ਕੀ ਕਰਦੇ ਹੁੰਦੇ ਸੀ ਤੁਹਾਡੀ ਕਾਹਦੀ ਜੌਬ ਸੀਗੀ ਮੈਂ ਐਜ਼ ਅ ਲੈਕਚਰਰ ਸੀਗਾ ਦੀ ਕੰਟੀਨੈਂਟਲ ਕਾਲਜ ਦੇ ਵਿੱਚ ਘਰ ਤੁਹਾਨੂੰ ਕਿੰਨੇ ਕੁ ਲੈਕਚਰ ਦਿੰਦੇ ਨੇ ਦਿੰਦੇ ਨੇ ਨਹੀਂ ਮਿਲ ਵੀ ਜਾਂਦੇ ਕਈ ਵਾਰੀ ਕਿਉਂਕਿ ਬਾਅਦ ਦੇ ਵਿੱਚ ਮੈਡਮ ਨੇ ਵੀ ਮੇਰੇ ਨਾਲ ਲੈਕਚਰਰ ਦੀ ਜੌਬ ਕੀਤੀ ਆ ਬਸ ਠੀਕ ਹੈ ਇਸ ਕਰਕੇ ਬੈਲੈਂਸ ਹੋ ਗਿਆ ਠੀਕ ਹੈ ਤੇ ਅੱਛਾ ਫਿਰ ਜਦੋਂ ਹੁਣ ਤੁਸੀਂ ਕੈਨੇਡਾ ਆਏ ਹੈ ਨਾ ਉੱਥੇ ਵਧੀਆ ਲਾਈਫ ਚੱਲਦੀ ਰਹੀ ਵਧੀਆ ਜੌਬ ਸੀਗੀਆਂ ਫੈਮਿਲੀ ਸੀਗੀ ਹੈ ਨਾ ਇੰਡੀਆ 'ਚ ਆਪਾਂ ਸਾਰੇ ਮੌਜ ਮਸਤੀਆਂ ਕਰਦੇ ਹਾਂ ਫਿਰ ਜਦੋਂ ਇੱਥੇ ਆਏ ਇੱਥੋਂ ਦੀ ਲਾਈਫ ਇੱਥੇ ਸਟਾਰਟਅਪ ਕਿੱਦਾਂ ਕੀਤਾ ਆਉਂਦੇ ਕਿਹੜੀਆਂ ਜੌਬਸ ਕੀਤੀਆਂ ਕਿੱਥੇ ਰਹੇ ਤੁਸੀਂ ਜਿਵੇਂ ਮੈਂ ਸਭ ਤੋਂ ਪਹਿਲਾਂ ਦੱਸਿਆ ਕਿ ਮੈਂ ਬ੍ਰਦਰ ਕੋਲੇ ਰਹਿਣ 'ਚ ਪ੍ਰੈਫਰੈਂਸ ਨਹੀਂ ਸੀਗਾ ਮੈਂ ਆਪ ਹੀ ਉਹ ਬ੍ਰਦਰ ਮੈਨੂੰ ਬਹੁਤ ਜ਼ੋਰ ਲਾ ਰਿਹਾ ਸੀ ਕਿ ਤੂਰੇ ਰਹਿ ਸਾਡੇ ਕੋਲੇ ਹਾਂਜੀ ਉਹਨਾਂ ਨੇ ਆਪਣੀ ਬੇਸਮੈਂਟ ਦਾ ਵੀ ਥੋੜਾ ਜਿਹਾ ਕੀਤਾ ਚੇਂਜ ਕੀਤਾ ਕਿ ਵੀ ਤੁਸੀਂ ਇੱਥੇ ਰਹਿ ਲਓ ਤੇ ਪਰ ਮੇਰੀ ਪ੍ਰੈਫਰੈਂਸ ਇੱਥੇ ਦੀ ਸੀਗੀ ਕਿ ਮੈਂ ਥੋੜਾ ਜਿਹਾ ਦੂਰ ਚਲਾ ਜਾਵਾਂ ਫਿਰ ਕੁਐਸਚਨ ਸਭ ਤੋਂ ਵੱਡਾ ਇਹ ਸੀਗਾ ਕਿ ਇੱਥੇ ਆ ਕੇ ਅਸੀਂ ਰਹਾਂਗੇ ਕਿੱਥੇ ਤੇ ਆਈ ਵੁੱਡ ਸੇ ਮੈਂ ਇਹ ਕਹਾਂਗਾ ਕਿ ਅਸੀਂ ਬਹੁਤ ਜ਼ਿਆਦਾ ਖੁਸ਼ ਨਸੀਬ ਸੀਗੇ ਕਿ ਸਾਨੂੰ ਇੱਥੇ ਜਿਹੜੇ ਕਈ ਲੋਕ ਕਹਿੰਦੇ ਕਿ ਗੋਰੇ ਲੋਕ ਹੈਲਪ ਨਹੀਂ ਕਰਦੇ ਹੈ ਨਾ ਜਿਹੜੇ ਆਪਣੇ ਕੈਨੇਡੀਅਨ ਉਹ ਨੇ ਪਰ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਸਾਡੇ ਕੈਨੇਡੀਅਨ ਕਪਲ ਸਾਡਾ ਕਾਫੀ ਪੁਰਾਣਾ ਦੋਸਤ ਆ ਤੇ ਉਹਨਾਂ ਨੇ ਆਪਣੀ ਬੇਸਮੈਂਟ ਖਾਲੀ ਕਰਤੀ ਉਰੇ ਤੇ ਸਾਨੂੰ ਕਿਹਾ ਵੀ ਤੁਸੀਂ ਇੱਥੇ ਆ ਕੇ ਰਹੋ ਅਸੀਂ ਡੇਢ ਮਹੀਨਾ ਉਹਨਾਂ ਕੋਲ ਰਹੇ ਬਿਨਾਂ ਕਿਸੇ ਕੋਈ ਪੈਸਾ ਦਿੱਤੇ ਫਿਰ ਉਹਨਾਂ ਨੇ ਸਾਡੀ ਹੈਲਪ ਵੀ ਕੀਤੀ ਜੌਬ ਲੱਭਣ ਦੇ ਵਿੱਚ ਸਾਡੀ ਗਰੋਸਰੀ ਵੀ ਉਹੀ ਕਰਦੇ ਸੀਗੇ ਹਾਂ ਤੇ ਉਹਨਾਂ ਦੀ ਸੇਮ ਕਿਚਨ ਅਸੀਂ ਯੂਜ਼ ਕਰਦੇ ਸੀਗੇ ਹੈ ਨਾ ਤੇ ਬਲਕਿ ਬੜਾ ਮਤਲਬ ਸਾਡਾ ਬਹੁਤ ਵਧੀਆ ਟਾਈਮ ਸਪੈਂਡ ਹੋਇਆ ਉਹਨਾਂ ਨਾਲ ਹਾਂਜੀ ਕਾਇਲ ਐਂਡਰਸਨ ਥੀਆ ਜੌਨਸ ਦੋਨੇ ਜਾਣੇ ਉੱਥੇ ਕਾਫੀ ਉਹਨਾਂ ਨੇ ਸਾਡਾ ਉਸ ਤੋਂ ਬਾਅਦ ਫਿਰ ਸਾਨੂੰ ਲੱਗਾ ਕਿ ਨਹੀਂ ਹੁਣ ਅਸੀਂ ਕਿੰਨੇ ਕੁ ਦਿਨ ਹੈ ਨਾ ਠੀਕ ਹੈ ਚੰਗੀ ਜੌਬ ਮਿਲ ਗਈ ਸੀਗੀ ਹਾਂ ਜੌਬ ਮਿਲ ਗਈ ਸੀਗੀ ਐਜ਼ ਅ ਡਿਜ਼ਾਈਨਰ ਤੇ ਉਹ ਵੀ ਕਾਫੀ ਚੰਗਾ ਰਿਹਾ ਇੱਕ ਫਰੈਂਡ ਸੀਗਾ ਤੇ ਉਹਨੇ ਹੈਲਪ ਕੀਤੀ ਜਾਰਜੀਅਨ ਕਾਲਜ ਦਾ ਤੇ ਗੈਰੀ ਹੈਰਿਸ ਪ੍ਰੋਫੈਸਰ ਤੇ ਉਹਨੇ ਇਹਨਾਂ ਦੀ ਉਹ ਵਾਲੀ ਜੋਬ ਆਲਰੇਡੀ ਮਤਲਬ ਇੱਕ ਥੋੜੀ ਜਿਹੀ ਲਾਈਨ ਅਪ ਕਰਕੇ ਤੂੰ ਆ ਕੇ ਤੇ ਫਿਰ ਆਪਣੀ ਇੰਟਰਵਿਊ ਵਗੈਰਾ ਦੇ ਕੇ ਦੇਖੀ ਤੇਰੇ ਕਿਵੇਂ ਲੱਗਦੀ ਆ ਹਾਂ ਪਹਿਲੀ ਇੰਟਰਵਿਊ ਕਲੀਅਰ ਹੋ ਗਈ ਤੇ ਉਹਦੇ ਵਿੱਚ ਹੀ ਉੱਥੇ ਸਿਲੈਕਸ਼ਨ ਹੋ ਗਈ ਉਹ ਫਿਰ ਉਹਨੇ ਪੁੱਛਿਆ ਵੀ ਕਿ ਹੋਰ ਕਰਨਾ ਆ ਤੇ ਮੈਂ ਕਿਹਾ ਨਹੀਂ ਪਰ ਇੱਕੋ ਹੀ ਠੀਕ ਹੈ ਪਹਿਲੀ ਹੋ ਗਈ ਹੈ ਤੇ ਆਪਾਂ ਇੱਥੇ ਜੁਆਇਨ ਕਰ ਲੈਂਦੇ ਹਾਂਜੀ ਬਟ ਆਈ ਮਸਟ ਸੇ ਕਿ ਤੁਸੀਂ ਬਹੁਤ ਜ਼ਿਆਦਾ ਆਈ ਥਿੰਕ ਲੱਕੀ ਰਹੇ ਹੋ ਬਿਕਾਜ਼ ਅਸੀਂ ਬਹੁਤ ਸਾਰੀਆਂ ਫੈਮਿਲੀਆਂ ਨੂੰ ਮਿਲਦੇ ਹਾਂ ਜਿਨ੍ਹਾਂ ਦੀ ਸਟਰਗਲ ਸਟੋਰੀ ਜਿਹੜੀ ਹੈਗੀ ਹੈ ਉਹ ਬਹੁਤ ਜ਼ਿਆਦਾ ਹਾਰਡ ਹੈਗੀ ਹੈ
क्योंकि कई आंदियां ही बेसमेंट्स दे विच रेंट ते रह के मिनिमम वेज ते काम करके बड़े ही साल बाद लोकी अपना घर अफोर्ड कर पांदे ने, बट तुसी इन्ने थोड़े जे टाइम दे विच ही अपना सारा कुछ सेटअप करके आई थिंक आज तुहाडा अपना घर है, सो आई थिंक यू गाइस आर वेरी ब्लेस्ड। थैंक यू। धन्यवाद। ए साडे फ्रेंड्स और फैमिली ਅਗੇ ਜਿਨ੍ਹਾਂ ਨੇ ਸਾਨੂੰ ਉਹਨਾਂ ਸਪੋਰਟ ਕੀਤਾ ਹੋਇਆ। ਹਾਂਜੀ। ਉਸ ਤੋਂ ਤੇ ਮੇਨ ਇਹ ਵੀ ਨਹੀਂ ਸੀਗਾ ਕਿ ਵੀ ਅਸੀਂ ਉਧਰ ਆਪਣੀ ਫੈਮਿਲੀ ਦੇ ਚ ਸਾਨੂੰ ਇਹ ਸੀਗਾ ਕਿ ਅਸੀਂ ਆਪਣੀ ਫੈਮਿਲੀ ਦੀ ਸਪੋਰਟ ਲਈਏ ਪਰ ਇੱਕ ਲਿਮਿਟ ਤੱਕ ਲਈਏ। ਯੈਸ। ਸਾਨੂੰ ਐਟ ਲੀਸਟ ਇਹ ਹੋਵੇ ਵੀ ਅਸੀਂ ਇੱਕ ਨਵੀਂ ਕੰਟਰੀ ਚ ਆਏ ਆਪਣੇ ਪੈਰਾਂ ਤੇ ਆਪ ਖੜੇ ਹੋ ਗਏ। ਜੀ। ਹਾਂਜੀ। ਜੀ। ਹਾਂਜੀ। ਤੇ ਥੋੜੀ ਜਿਹੀ ਆਪਣੇ ਮਨ ਨੂੰ ਤਸੱਲੀ ਹੋ ਜਾਂਦੀ ਹੈ। ਹਾਂ। ਨਹੀਂ ਹਾਂ। ਕੁਝ ਨਹੀਂ। ਇੱਕ ਨਾ ਜਦੋਂ ਅਸੀਂ ਉਹਨਾਂ ਦੇ ਮੇਰੇ ਫਰੈਂਡ ਜਿਹੜੇ ਥੀਆ ਜੌਨਸਿਕ ਆਇਲੈਂਡਰਸਨ ਜੀ ਦੇ ਬਾਰੇ ਮੈਂ ਕਹਿ ਰਿਹਾ ਸੀਗਾ, ਉਹਨਾਂ ਤੋਂ ਜਦੋਂ ਅਸੀਂ ਮੂਵ ਕਰਨਾ ਸੀਗਾ ਅਸੀਂ ਘਰ ਲੱਭਣਾ ਸ਼ੁਰੂ ਕੀਤਾ ਤੇ ਉੱਥੇ ਵੀ ਬੜਾ ਵਧੀਆ ਸਾਡੇ ਨਾਲ ਇੱਕ ਉਹ ਹੋਇਆ ਤੇ ਅਸੀਂ ਘਰ ਲੱਭੇ, ਮੈਂ ਅਸੀਂ ਲੱਭ ਰਹੇ ਸੀ ਬਹੁਤ ਜਗ੍ਹਾ ਤੇ, ਫਿਰ ਕੋਈ ਪਸੰਦ ਨਹੀਂ ਆ ਰਿਹਾ ਸੀਗਾ, ਫਿਰ ਇੱਕ ਬੇਸਮੈਂਟ ਅਸੀਂ ਫੋਟੋਆਂ 'ਚ ਦੇਖੀ ਖਜੀਤ ਜੀ ਦੇ ਉੱਪਰ, ਬੜੀ ਉਹ ਲੱਗੀ ਵੀ ਹਾਂ ਯਾਰ ਇੱਥੇ ਆਹ ਲੈ ਲੈਣਾ ਚਾਹੀਦਾ ਆ। ਮੈਂ ਮੈਸੇਜ ਕੀਤਾ ਤੇ ਮੈਂ ਕਿਹਾ ਵੀ ਇਹ ਅਵੇਲੇਬਲ ਹੈ ਵੀ ਮੈਂ ਮਿਲ ਸਕਦਾ ਜੀ, ਤੇ ਉਧਰੋਂ ਉਹ ਮੈਸੇਜ ਮੈਨੂੰ ਵਾਪਸ ਆ ਰਿਹਾ ਕਿ ਤੁਸੀਂ ਪ੍ਰਭਜੋਤ ਸਰ ਹੋ। ਮੈਂ ਕਿਹਾ ਜੀ ਹਾਂਜੀ। ਕਹਿੰਦਾ ਸਰ ਮੈਂ ਤੁਹਾਡਾ ਸਟੂਡੈਂਟ ਹਾਂ ਜੀ ਦਿਲਜੋਤ ਸਿੱਧੂ, ਤੇ ਸਰ ਤੁਸੀਂ ਜਦੋਂ ਮਰਜ਼ੀ ਆ ਕੇ ਰਹੋ। ਤੇ ਮੈਂ ਕਿਹਾ ਚਲੋ, ਇੱਥੇ ਵੀ ਪਰਮਾਤਮਾ ਨੇ ਇੰਨੀ ਸਾਡੀ ਹੈਲਪ ਕੀਤੀ ਕਿ ਸਾਨੂੰ ਉਹ ਵੀ ਇੱਕ ਵਾਰ ਬੜੇ ਆਰਾਮ ਨਾਲ ਬਿਠਾ ਦਿੱਤਾ ਸਾਨੂੰ, ਤੇ ਬੜਾ ਉੱਥੇ ਵੀ ਬੜਾ ਸੀ ਇੱਕ ਸਾਲ ਕੱਟਿਆ ਉੱਥੇ। ਮੈਨੂੰ ਲੱਗਦਾ ਦਿਲਜੋਤ ਦਾ ਸਮਾਨ ਬਾਅਦ ਚ ਆਇਆ, ਉਹਨੇ ਸਾਡਾ ਸਮਾਨ ਉਹਦੇ ਘਰ ਦੇ ਵਿੱਚ ਪਹਿਲਾਂ ਚੱਲਿਆ ਤੇ ਸਾਡਾ ਸਮਾਨ ਪਹਿਲਾਂ ਉਹਦੇ ਘਰ ਚ। ਹਾਂਜੀ ਹਾਂਜੀ। ਉਹ ਬਾਅਦ ਦੇ ਵਿੱਚ ਲੈ ਕੇ ਆ ਰਿਹਾ ਉਹਦਾ ਸਮਾਨ, ਅਸੀਂ ਪਹਿਲਾਂ ਮੂਵ ਹੋ ਗਏ ਉਹਦੇ ਘਰ ਦੇ ਵਿੱਚ। ਹਾਂਜੀ ਹਾਂਜੀ। ਦੇਖੋ ਜੀ ਜਿਵੇਂ ਇਹਨਾਂ ਨੂੰ ਆਇਆ ਆਈ ਥਿੰਕ 2 ਸਾਲ ਹੀ ਹੋਏ ਨੇ ਹਨਾ, ਤੇ ਇਹਨਾਂ ਦੇ ਚਰਚੇ ਚਾਰੋਂ ਪਾਸੇ ਨੇ, ਕਿੱਥੇ ਵੀ ਜਾਂਦੇ ਨੇ ਲੋਕੀ ਹੈਲਪ ਕਰਨ ਲਈ ਹਨਾ, ਅੱਗੋਂ ਤਿਆਰ ਨੇ ਵੀ ਇਹ ਬੰਦੇ ਤੇ ਆਪਣੇ ਆਪ ਤੇ ਵੀ ਡਿਪੈਂਡ ਕਰਦਾ, ਜਿਵੇਂ ਤੁਹਾਡੀ ਨੇਚਰ ਇੰਨੀ ਅੱਛੀ ਹੈ, ਸੋ ਕਹਿੰਦੇ ਨਾ ਨੀਤਾਂ ਨੂੰ ਮੁਰਾਦਾਂ, ਸੋ ਜਿੱਦਾਂ ਦੀ ਨੀਤ ਹੋਏ ਉਸ ਤਰ੍ਹਾਂ ਦਾ ਹੀ ਬੰਦੇ ਨਾਲ ਹੁੰਦਾ। ਤੇ ਤੁਸੀਂ ਕੀ ਕਰਦੇ ਹੋ ਇੱਥੇ ਆ ਕੇ, ਤੁਸੀਂ ਕੀ ਸਟਾਰਟ ਕੀਤਾ ਜੋਬ? ਮੈਂ ਜਦੋਂ ਅਸੀਂ ਇੰਡੀਆ ਤੋਂ ਆਉਣਾ ਹੀ ਸੀਗਾ ਨਾ, ਤਾਂ ਫਿਰ ਮੈਂ ਪਹਿਲਾਂ ਹੀ ਇਹਨਾਂ ਨੂੰ ਇਹੀ ਗੱਲ ਕਹੀ ਸੀ ਕਿ ਵੀ ਮੈਂ ਹਜੇ ਸਟਾਰਟਿੰਗ 'ਚ ਕੋਈ ਜੋਬ ਨਹੀਂ ਕਰਨੀ, ਕਿਉਂਕਿ ਮੈਨੂੰ ਸੀਗਾ ਕਿ ਸਾਡੀ ਬੇਟੀ ਛੋਟੀ ਹੈ। ਹਾਂਜੀ। ਆਈ ਐਮ ਨੋਟ ਸ਼ੋਰ ਕਿ ਉਹ ਕਿਵੇਂ ਰਿਐਕਟ ਕਰੂਗੀ ਉੱਥੇ, ਯੈਸ, ਉਹਦਾ ਕੋਈ ਕਲਚਰਲ ਸ਼ੌਕ ਹੋਵੇ ਜਾਂ ਫਿਰ ਉਹਨੂੰ ਕਿਵੇਂ ਦਾ ਫੀਲ ਹੋਊਗਾ ਹੈ ਨਾ। ਇੱਕ ਤਾਂ ਸੀ ਬਿਲਕੁਲ ਜਸਟ ਬਿਫੋਰ ਕੋਵਿਡ ਆਏ, ਤੇ ਪਰ ਇਹਨੇ ਬੜਾ ਬਹੁਤ ਵਧੀਆ ਟ੍ਰਾਂਜੀਸ਼ਨ ਲੈ ਲਿਆ, ਤੇ ਇੱਕ ਹਫ਼ਤੇ ਦੇ ਅੰਦਰ ਅੰਦਰ ਇਹ ਬਿਲਕੁਲ ਹੀ ਚੇਂਜ ਹੋ ਗਈ ਸੀਗੀ ਜੀ, ਪੂਰੀ ਕੈਨੇਡੀਅਨ, ਸਾਨੂੰ ਲੱਗਦਾ ਹੀ ਨਹੀਂ ਸੀਗਾ ਵੀ ਇਹ ਇੰਡੀਅਨ ਤੋਂ ਆਈ ਹੈ। ਇਵਨ ਐਕਸੈਂਟ ਵੀ ਉਹਦਾ ਕੈਨੇਡੀਅਨ ਹੋ ਗਿਆ ਸੀਗਾ, ਮੈਨੂੰ ਕਨੈਕਟ ਕਰਨ ਲੱਗ ਗਈ ਸੀ ਕਿ ਪਾਪਾ ਇਟਸ ਨਾਟ ਔਰੇਂਜ ਇਟਸ ਔਰੇਂਜ। ਓ ਓਕੇ। ਉਹ ਇੰਨੀ 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 ਜ਼ਿਆਦਾ ਪਿਕਅਪ ਕਰ ਗਈ ਸੀ। ਓਕੇ ਓਕੇ। ਤੇ ਫਿਰ ਮੈਨੂੰ ਸੀਗਾ ਕਿ ਵੀ ਚਲੋ ਉਹਨੇ ਇੱਕ ਟਾਈਮ ਪੀਰੀਅਡ ਦੇ ਵਿੱਚ ਸਨੋ ਵਗੈਰਾ ਸੀਗੀ ਤੇ ਅਸੀਂ ਸੋਚਿਆ ਕਿ ਹਜੇ 2 ਮਹੀਨੇ ਹੋਰ ਵੇਟ ਕਰ ਲੈਂਦੇ ਹਾਂ। ਹਾਂਜੀ। ਫਿਰ ਮੈਨੂੰ ਇਹ ਮੇਰੇ ਮਨ 'ਚ ਹਮੇਸ਼ਾ ਸੀਗਾ ਕਿ ਮੈਂ ਬਾਹਰ ਜੌਬ ਨਹੀਂ ਕਰਨੀ ਹੈਗੀ, ਕਿ ਮੈਂ 2 ਘੰਟੇ ਉੱਥੇ ਜਾ ਰਹੀ ਹਾਂ, 4 ਘੰਟੇ ਉੱਥੇ ਜਾ ਰਹੀ ਹਾਂ, ਉਹ ਚੀਜ਼ ਮੇਰੇ ਵਾਸਤੇ ਟਫ ਆ। ਤੇ ਵੀ ਮੈਂ ਮੈਨੂੰ ਥੋੜ੍ਹਾ ਜਿਹਾ ਹੈਗਾ ਸੀਗਾ ਕਿ ਵੀ ਮੈਂ ਸਟਿਚਿੰਗ ਕਰ ਲੈਂਦੀ ਸੀਗੀ, ਇੰਡੀਆ ਵੀ ਕੀਤੀ ਥੋੜ੍ਹੀ ਬਹੁਤੀ, ਤੇ ਵੀ ਮੈਂ ਉਹੀ ਇੱਥੇ ਆ ਕੇ ਕੰਟੀਨਿਊ ਕਰਾਂ, ਕਿਉਂਕਿ ਮੈਂ ਦੇਖਿਆ ਆਲੇ ਦੁਆਲੇ ਥੋੜ੍ਹਾ ਅਬਜ਼ਰਵ ਕੀਤਾ ਤਾਂ ਫਿਰ ਕੋਈ ਇੰਡੀਅਨ ਬੁਟੀਕ ਹੈ ਨਹੀਂ ਸੀਗਾ ਜੀ, ਸੋ ਆਈ ਵਾਸ ਮੋਰ ਇਨ ਟੂ ਦੈਟ ਕਿ ਵੀ ਮੈਂ ਉਹ ਚੀਜ਼ ਸਟਾਰਟਅਪ ਕਰਾਂ। ਫਿਰ ਜਦੋਂ ਇਹਨਾਂ ਦੀ ਇੱਕ ਕੁਲੀਗ ਮੈਨੂੰ ਮਿਲੀ ਤਾਂ ਫਿਰ ਉਹ ਮੈਨੂੰ ਕਹਿੰਦੀ ਕਿ ਵੀ ਨਾ ਮੇਰੇ ਕੋਲ 2 ਸਵਿੰਗ ਮਸ਼ੀਨਸ ਹੈ, ਜੇ ਤੇਰਾ ਟਾਈਮ ਪਾਸ ਨਹੀਂ ਹੁੰਦਾ ਤਾਂ ਤੂੰ ਇੱਕ ਲੈ ਲੈ ਮੇਰੇ ਤੋਂ। ਤੇ ਉਹਨੇ ਮੈਨੂੰ ਇੱਕ ਮਸ਼ੀਨ ਦਿੱਤੀ, ਤੇ ਬਾਏ ਦਾ ਟਾਈਮ ਕੋਵਿਡ ਆ ਗਿਆ ਤੇ ਆਪਾਂ ਜੀ ਫੇਸ ਮਾਸਕ ਬਣਾਉਣੇ ਸ਼ੁਰੂ ਕਰ ਲਏ। ਓਕੇ। ਤੇ ਫੇਸ ਮਾਸਕਸ ਤੋਂ ਸ਼ੁਰੂ ਹੁੰਦੇ 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 ਹਨਾ ਆਪਾਂ ਆਲਟਰੇਸ਼ਨਸ ਤੇ ਆ ਗਏ। ਆਲਟਰੇਸ਼ਨਸ 3 ਮਹੀਨਿਆਂ ਦੇ ਵਿੱਚ ਹੀ ਮਤਲਬ ਮੈਂ ਆਲਟਰੇਸ਼ਨਸ ਵੀ ਸ਼ੁਰੂ ਕਰ ਲਈਆਂ। ਆਲਟਰੇਸ਼ਨਸ ਦੇ ਵਿੱਚ ਆਪਾਂ ਜ਼ਿੱਪਰਸ ਜੋ ਵੀ ਜਿਵੇਂ ਜਿਹੜੀ ਵੀ ਚੀਜ਼ ਦੀ ਹੈ ਨਾ ਹੈਮਿੰਗ ਵਗੈਰਾ ਸਾਰਾ ਕੁਝ ਸ਼ੁਰੂ ਕਰ ਲਿਆ। ਉਸ ਤੋਂ ਬਾਅਦ ਜੀ ਇਹ ਵਾਲੀਆਂ ਵਿੰਟਰਸ ਆਉਂਦੇ ਹੁੰਦੇ ਤਾਂ ਜੀ ਅਸੀਂ ਬੋਟਸ ਤੇ ਪਹੁੰਚ ਗਏ। ਅੱਛਾ। ਕਿਉਂਕਿ ਇੱਕ ਰੀਜ਼ਨ ਇਹ ਵੀ ਸੀਗਾ ਕਿ ਜਦੋਂ ਅਸੀਂ ਸੂਟਸ ਵੱਲ ਨੂੰ ਦੇਖਦੇ ਸੀਗੇ, ਹਾਂਜੀ, ਅਸੀਂ ਆਪਣੀ ਅਰਨਿੰਗਸ ਵੀ ਦੇਖ ਰਹੇ ਸੀ, ਕਿੰਨਾ ਸਮਾਂ ਅਸੀਂ ਉਹਦੇ ਤੇ ਲਾ ਰਹੇ ਹਾਂ ਤੇ ਕਿੰਨੇ ਪੈਸੇ ਬਣ ਰਹੇ ਆ। ਹਾਂਜੀ। ਪਰ ਜਿਹੜਾ ਬੋਟ ਵਾਲਾ ਸੀ ਕੰਮ ਥੋੜਾ ਜਿਹਾ ਔਖਾ ਸੀਗਾ, ਪਰ ਇਹ ਕਿ ਉਹਦੇ ਵਿੱਚ ਤੁਹਾਨੂੰ ਪੈਸਾ ਬੜੇ ਖੁਸ਼ ਹੋ ਕੇ ਲੋਕ ਦੇ ਕੇ ਜਾਂਦੇ ਸੀਗੇ। ਓਕੇ। ਤੇ ਪਹਿਲੀ ਜੋਬ ਅਸੀਂ ਇੰਨੀ ਜ਼ਿਆਦਾ ਵਧੀਆ ਨਹੀਂ ਕੀਤੀ, ਹਾਂਜੀ, ਠੀਕ ਠਾਕ ਸੀ, ਹਾਂ ਉਹ ਲਰਨਿੰਗ ਵੀ ਸੀਗੀ ਸਾਡੇ ਵਾਸਤੇ, ਹਾਂਜੀ, ਪਰ ਇਹ ਕਿ ਦੂਜੀ ਤੋਂ ਬਾਅਦ ਤੀਜੀ ਚੌਥੀ ਪੰਜਵੀਂ ਸਾਨੂੰ ਪਤਾ ਨਹੀਂ ਲੱਗਿਆ ਕਿ ਅਸੀਂ ਕਦੋਂ ਹੌਲੀ ਹੌਲੀ ਨਿਕਲਦੇ ਨਿਕਲਦੇ ਅਸੀਂ ਵਧੀਆ ਉਹਦੇ ਤੇ ਪਹੁੰਚ ਗਏ। ਹਾਂਜੀ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਇੰਨਾ ਕੁਝ ਸਟਿਚ ਕਰ ਲੈਂਦੇ ਹੋ ਹਨਾ, ਬਹੁਤ ਕੁਝ ਬਣਾਇਆ, ਆਪਣੇ ਹਸਬੈਂਡ ਲਈ ਕੀ ਬਣਾਇਆ ਤੁਸੀਂ? ਉਹ ਯਾਦ ਨਹੀਂ ਆ ਰਿਹਾ। ਮੇਰੀ ਮਦਰ ਤੇ ਇਹਨਾਂ ਨੇ ਰਲ ਕੇ ਇੱਕ ਵਾਰੀ ਕੁੜਤਾ ਪਜਾਮਾ ਮੇਰੇ ਲਈ ਜ਼ਰੂਰ ਬਣਾਇਆ। ਅੱਛਾ। ਉਹ ਅਸੀਂ ਲੈ ਕੇ ਵੀ ਆਏ, ਉਹ ਲੈ ਕੇ ਵੀ ਆਇਆ ਮੈਂ। ਓਕੇ ਓਕੇ। ਮਤਲਬ ਇੱਥੇ ਆ ਗਿਆ ਜੇ ਤੁਸੀਂ ਇਹਨਾਂ ਲਈ ਕੁਝ ਸਟਿਚ ਨਹੀਂ ਕੀਤਾ? ਨਹੀਂ, ਇੱਥੇ ਆ ਕੇ ਕੁਝ ਨਹੀਂ ਕੀਤਾ। ਦੇਖ ਲਓ, ਵੈਸੇ ਕੋਈ ਕੰਮ ਨਹੀਂ। ਮਤਲਬ ਮੈਨੂੰ ਇੱਕ ਇਹਨਾਂ ਨੇ ਇੱਥੇ ਆ ਕੇ ਮੈਨੂੰ ਇੱਕ ਬੈਲਟ ਠੀਕ ਕਰਨ ਨੂੰ ਦਿੱਤੀ ਸੀਗੀ, ਮੈਨੂੰ ਲੱਗਦਾ ਹਾਲੇ ਤੱਕ ਮੈਂ ਉਹ ਵੀ ਨਹੀਂ ਸ਼ਾਇਦ ਕੀਤੀ ਹੈਗੀ। ਅੱਛਾ, ਸ਼ੋਅ ਚ ਇਹੋ ਜਿਹੀਆਂ ਗੱਲਾਂ ਨਿਕਲ ਰਹੀਆਂ, ਮੈਨੂੰ ਡਰ ਹੈ ਕਿ ਸਾਡੇ ਜਾਣ ਤੋਂ
ਕੋਈ ਗੱਲ ਨਹੀਂ। ਅੱਛਾ ਤੁਹਾਡੇ ਦੋਵਾਂ ਦੇ ਵਿਆਹ ਨੂੰ ਇੰਨਾ ਟਾਈਮ ਹੋ ਗਿਆ, ਇੰਨਾ ਵਧੀਆ ਟਾਈਮ ਹੈ ਨਾ ਚੱਲ ਰਿਹਾ, ਤੇ ਤੁਸੀਂ ਦੋਵਾਂ ਨੇ ਵਿਆਹ ਦਾ ਲੱਡੂ ਖਾਧਾ ਹੈ, ਤੇ ਇੱਕ ਇਹੋ ਜਿਹਾ ਰੀਜ਼ਨ ਦੱਸੋ ਕਿ ਜਿਹੜੇ ਕੁਆਰੇ ਨੇ ਉਹਨਾਂ ਨੂੰ ਵਿਆਹ ਦਾ ਲੱਡੂ ਕਿਉਂ ਖਾਣਾ ਚਾਹੀਦਾ? ਯਾਦ ਨਹੀਂ ਆ ਰਿਹਾ। ਦੇਖੋ ਸਭ ਤੋਂ ਵੱਡਾ ਰੀਜ਼ਨ ਤਾਂ ਇਹੀ ਹੈ ਕਿ ਵੀ ਤੁਹਾਨੂੰ ਨਾ ਇੱਕ ਲਾਈਫ ਪਾਰਟਨਰ ਚਾਹੀਦਾ ਹੁੰਦਾ ਜਿਹਦੇ ਨਾਲ ਤੁਸੀਂ ਬਹੁਤ ਗੱਲਾਂ ਸ਼ੇਅਰ ਕਰ ਸਕਦੇ ਹੋ, ਜਿਹੜੀਆਂ ਤੁਸੀਂ ਆਪਦੇ ਨਾ ਤਾਂ ਤੁਸੀਂ ਮਾਂ ਪਿਓ ਨਾਲ ਸ਼ੇਅਰ ਕਰ ਸਕਦੇ ਹੋ, ਨਾ ਆਪਦੇ ਬ੍ਰਦਰ ਨਾਲ ਸ਼ੇਅਰ ਕਰ ਸਕਦੇ ਹੋ, ਨਾ ਆਪਦੀ ਭੈਣ ਨਾਲ ਸ਼ੇਅਰ ਕਰ ਸਕਦੇ ਹੋ। ਹਾਂਜੀ, ਤੇ ਉਹ ਇੱਕ ਪਾਰਟਨਰ ਇਹੋ ਜਿਹਾ ਹੁੰਦਾ ਜਿਹੜੇ ਤੁਹਾਡੇ ਸਾਰੇ ਸੀਕ੍ਰੇਟਸ ਨਾ ਲੁਕੋ ਕੇ ਅਬਜ਼ਰਵ ਕਰਕੇ ਰੱਖਦਾ ਕਿ ਉਹ ਅੱਗੇ ਨਹੀਂ ਜਾ ਰਹੇ, ਫਲੋ ਨਹੀਂ ਹੋ ਰਹੇ। ਹਾਂਜੀ, ਤੇ ਜੇ ਤੁਹਾਨੂੰ ਉਹ ਜਿਹਾ ਪਾਰਟਨਰ ਮਿਲ ਜਾਂਦਾ ਆ ਤਾਂ ਤੁਹਾਡੀ ਜ਼ਿੰਦਗੀ ਬਹੁਤ ਬਹੁਤ ਵਧੀਆ ਲੱਗਦੀ ਆ। ਹਾਂਜੀ, ਪਰ ਜੇ ਉਹ ਫਲੋ ਹੋ ਰਿਹਾ ਨਾਲ ਨਾਲ ਤੁਹਾਡੀਆਂ ਸਾਰੀਆਂ ਸੀਕ੍ਰੇਟ, ਉਹ ਫਿਰ ਨਹੀਂ ਵਧੀਆ ਜੀ। ਨਹੀਂ, ਓਵਰਆਲ ਤੁਹਾਡੇ ਲਈ ਮਿੱਠਾ ਰਿਹਾ? ਹਾਂਜੀ ਹਾਂ, ਸਾਡੇ ਲਈ ਬਹੁਤ ਮਿੱਠਾ ਰਿਹਾ। ਕਹਿਣਾ ਤੇ ਪੈਣਾ ਹੀ ਹੈ ਬਈ, ਰਮਨ ਨਾਲ ਬੈਠੀ ਹੈ, ਕਹਿਣਾ ਤੇ ਪੈਣਾ ਹੀ ਹੈ। ਨਹੀਂ ਨਹੀਂ, ਓਨੈਸਟਲੀ ਕਪਲ ਬਹੁਤ ਹੀ ਪਿਆਰਾ ਹੈ, ਬਹੁਤ ਹੀ ਵਧੀਆ। ਤੇ ਤੁਸੀਂ ਦੱਸੋ ਕਿ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਹਾਡੇ ਲਈ? ਮੈਨੂੰ ਬੇਸਿਕਲੀ ਇਹ ਸੀਗਾ ਕਿ ਵੀ ਮਤਲਬ ਇੰਨੀ ਸਟਰਗਲ ਹੈ ਨਾ ਦੇਖੀ, ਮੈਂ ਵੀ ਥੋੜ੍ਹੀ ਸਟਰਗਲ ਦੇਖੀ ਆਪਣੀ ਲਾਈਫ ਵਿੱਚ, ਅਤੇ ਉਸ ਚੀਜ਼ ਦੇ ਵਿੱਚ ਮੈਨੂੰ ਇਹ ਸੀਗਾ ਕਿ ਸਭ ਤੋਂ ਪਹਿਲਾਂ ਜੇ ਮੈਨੂੰ ਕੋਈ ਲਾਈਫ ਪਾਰਟਨਰ ਐਵੇਂ ਦਾ ਮਿਲਦਾ ਕਿ ਜਿਹੜਾ ਮੇਰੀ ਸਪੋਰਟ ਕਰੇ ਐਟਲੀਸਟ ਹਰੇਕ ਉਹਦੇ ਤੋਂ ਪਰਸਪੈਕਟਿਵ ਤੋਂ, ਹੈ ਨਾ। ਸੋ ਹੀ ਵਾਜ਼ ਦਾ ਵਨ, ਅਤੇ ਮੈਨੂੰ ਜਦੋਂ ਅਸੀਂ ਪਹਿਲੀ ਵਾਰੀ ਮਿਲੇ ਤਾਂ ਫਿਰ ਮੈਨੂੰ ਥੋੜ੍ਹਾ ਇਹਨਾਂ ਦੀ ਗੱਲਾਂ ਤੋਂ ਵੀ ਲੱਗਿਆ ਕਿ ਵੀ ਨਹੀਂ, ਇਹ ਮੈਨੂੰ ਸਮਝ ਸਕਦੇ ਹਾਂ, ਅੰਡਰਸਟੈਂਡਿੰਗ ਸਾਡੀ ਬਣ ਸਕਦੀ ਹੈ ਇਸ ਚੀਜ਼। ਹਾਂਜੀ, ਸੋ ਆਪਣੀ ਮਤਲਬ ਲੱਕੀ ਰਿਹਾ ਮੇਰੇ ਵਾਸਤੇ। ਠੀਕ ਹੈ, ਅਤੇ ਅੱਛਾ ਜਿਹੜੀ ਤੁਹਾਡੀ ਜਦੋਂ ਤੁਸੀਂ ਕੈਨੇਡਾ ਆਏ ਹੋ, ਹੈ ਨਾ, ਹਰ ਇੱਕ ਦੀ ਲਾਈਫ ਦੇ ਵਿੱਚ ਕੁਛ ਹੈਪੀ ਮੂਮੈਂਟਸ ਹੁੰਦੀਆਂ ਨੇ, ਕੋਈ ਸੈਡ ਹੁੰਦੀਆਂ ਨੇ, ਕੋਈ ਇੱਦਾਂ ਦੇ ਇੰਸੀਡੈਂਟ ਹੋ ਜਾਂਦੇ ਨੇ ਜਿਹੜੀ ਸਾਨੂੰ ਸਾਰੀ ਲਾਈਫ ਯਾਦ ਰਹਿੰਦੇ ਨੇ। ਕੈਨੇਡਾ ਦੇ ਵਿੱਚ ਆ ਕੇ ਕੋਈ ਇਹੋ ਜਿਹਾ ਇੰਸੀਡੈਂਟ ਹੋਇਆ ਹੋਵੇ ਤੁਹਾਡੇ ਨਾਲ, ਹੈਪੀ ਔਰ ਸੈਡ ਔਰ ਸਟਰਗਲ, ਜਿਹੜਾ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ? ਹੈਪੀ ਤਾਂ ਬਹੁਤ ਰਹੇ ਜੀ ਅਸੀਂ, ਹੈਪੀ ਤਾਂ ਪਰਮਾਤਮਾ ਦੀ ਕਿਰਪਾ ਨਾਲ, ਹੈ ਨਾ, ਉਸਨੇ ਮਾਲਕ ਨੇ ਪਰਵਰਦਿਗਾਰ ਨੇ ਸਿਰ ਤੇ ਹੱਥ ਬੰਨੀ ਰੱਖਿਆ। ਹਾਂਜੀ, ਪਰ ਸੈਡ ਮੂਮੈਂਟਸ ਕੁਝ ਵਿੱਚ ਇਹੋ ਜਿਹੀਆਂ ਹੋਈਆਂ, ਜਿਵੇਂ ਮੇਰੇ ਨਾਨੀ ਜੀ ਪੂਰੇ ਹੋ ਗਏ, ਅਸੀਂ ਇੰਡੀਆ ਨਹੀਂ ਜਾ ਸਕੇ, ਹੈ ਨਾ, ਬਾਪੂ ਜੀ ਪੂਰੇ ਹੋ ਗਏ, ਮੇਰੇ ਦਾਦਾ ਜੀ ਜਦੋਂ ਅਸੀਂ ਇੱਥੇ ਆਏ ਹਾਂ, ਅਸੀਂ ਆਏ ਹਾਂ ਅਕਤੂਬਰ ਦੇ ਵਿੱਚ, ਤੇ ਉਹ ਨਵੰਬਰ ਦਸੰਬਰ ਦੇ ਵਿੱਚ ਉਹਨਾਂ ਦਾ ਡਿਮਾਈਸ ਹੋ ਗਿਆ ਸੀਗਾ, ਤੇ ਉਦੋਂ ਸਾਨੂੰ ਬਹੁਤ ਫੀਲ ਹੋਇਆ, ਬਹੁਤ ਜ਼ਿਆਦਾ ਉਹ ਹੋਈ ਸੀ। ਮਤਲਬ ਮੈਨੂੰ ਹਲੇ ਵੀ ਉਹ ਫੀਲ ਹੁੰਦਾ ਕਿ ਵੀ ਉਹ ਮੇਰੀ ਲਾਈਫ ਦਾ ਬਹੁਤ ਵੱਡਾ ਲਾਸ ਹੋ ਗਿਆ, ਤੇ ਮੈਂ ਉਸ ਚੀਜ਼ ਨੂੰ ਪੂਰਾ ਨਹੀਂ ਕਰ ਸਕਦੀ। ਹਾਂਜੀ, ਕਿਉਂਕਿ ਜਿਵੇਂ ਅਸੀਂ ਰਿਸ਼ਤਿਆਂ ਦੀ ਗੱਲ ਕਰ ਰਹੇ ਹਾਂ, ਸੋ ਰਿਸ਼ਤੇ ਸਾਡੇ ਨਾਲ ਸਾਰੀ ਲਾਈਫ ਰਹਿੰਦੇ ਨੇ, ਸੋ ਜਿਵੇਂ ਕੋਈ ਵੀ ਰਿਸ਼ਤਿਆਂ ਦੇ ਵਿੱਚੋਂ ਇੱਕ ਵੀ ਰਿਸ਼ਤਾ ਜਦੋਂ ਹੱਥੋਂ ਛੁੱਟਦਾ ਹੈ ਤੇ ਦਿਲ ਨੂੰ ਸ਼ਾਇਦ, ਹੈ ਨਾ, ਬਹੁਤ ਜ਼ਿਆਦਾ, ਕਿਉਂਕਿ ਜਦੋਂ ਹੁਣ ਅਸੀਂ ਉੱਥੇ ਵਾਪਸ ਜਾਵਾਂਗੇ ਨਾ ਇੰਡੀਆ, ਸ਼ਾਇਦ ਉਸ ਘਰ ਦੇ ਵਿੱਚ ਜਾ ਕੇ ਨਾ ਇੱਕ ਉਹ ਲੱਗੇਗਾ ਵੀ ਯਾਰ ਅਸੀਂ ਬਹੁਤ ਮਿਸ ਕਰ ਰਹੇ ਹਾਂ, ਹੈ ਨਾ। Oh my God. I know, I understand. So, ਇਹਦਾ ਦੀਆਂ ਮੂਮੈਂਟਸ ਹੋ ਜਾਂਦੀਆਂ ਨੇ ਸ਼ੋਅ ਦੇ ਦੌਰਾਨ ਹੀ ਕਈ ਵਾਰੀ, ਕਿਉਂਕਿ ਸਾਡੇ ਜਿਹੜੇ ਰਿਸ਼ਤੇ ਨੇ ਉਹ ਆਪਾਂ ਕਦੇ ਵੀ ਨਹੀਂ ਦੇਖ ਸਕਦੇ ਕਿ ਸਾਡੇ ਤੋਂ ਜੁਦਾ ਹੋਣ। ਸੋ ਆਈ ਅੰਡਰਸਟੈਂਡ, ਓਕੇ।